ਪਹਿਲਾਂ ਇਕੱਠਿਆਂ ਨੇ ਮਨਾਈ ਹੋਲੀ, ਫਿਰ ਇੱਕ ਦੂਜੇ ਦੇ ਲਗਾਇਆ ਰੰਗ, ਫਿਰ ਅਚਾਨਕ ਦੋਹਾਂ ਦੀ ਬਹਿਸ ਹੋਈ, ਜਿਸ ਤੋਂ ਬਾਅਦ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਗਈਆਂ। ਨੰਗੇ ਧੜ ਹੀ ਇਹਨਾਂ ਨੌਜਵਾਨਾਂ ਦੇ ਜੱਫੇ ਲੱਗ ਗਏ। ਦੱਸ ਦਈਏ ਕਿ ਇੱਕ ਦੂਜੇ 'ਤੇ ਇਹਨਾਂ ਦੇ ਵੱਲੋਂ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ। ਤਸਵੀਰਾਂ ਫਗਵਾੜਾ ਦੀ ਸ਼ੂਗਰ ਮਿੱਲ ਚੌਂਕ ਦੇ ਕੋਲ ਦੀਆਂ ਨੇ, ਜਿੱਥੇ ਹੋਲੀ ਖੇਡਦੇ ਖੇਡਦੇ ਇਹ ਨੌਜਵਾਨ ਆਪਸ ਦੇ ਵਿੱਚ ਲੜ ਪਏ, ਹੁੱਲੜਬਾਜ਼ੀ ਕਰਦੇ ਸੀ ਔਰ ਇੱਕ ਦੂਜੇ ਦੇ ਨਾਲ ਬਹਿਸ ਹੋਈ, ਗਾਲੀ ਗਲੋਚ ਕੀਤਾ ਗਿਆ, ਜਿਸ ਤੋਂ ਬਾਅਦ ਇਹਨਾਂ ਨੇ ਨੰਗੇ ਧੜ ਹੀ ਇੱਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਹੋਰ ਨੌਜਵਾਨਾਂ ਦੇ ਵੱਲੋਂ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹਨਾਂ ਦੇ ਵੱਲੋਂ ਇੱਕ ਦੂਜੇ 'ਤੇ ਇੱਟਾਂ ਰੋੜੇ ਵਰਸਾਏ ਗਏ, ਗਾਲਾਂ ਕੱਢੀਆਂ ਗਈਆਂ। ਜਿਸ ਦੇ ਹੱਥ ਵਿੱਚ ਜੋ ਵੀ ਆਇਆ ਉਹੀ ਉਸਨੇ ਦੂਜੇ ਦੇ ਵੱਲ ਵਗਾ ਕੇ ਮਾਰਿਆ ਔਰ ਇਹਨਾਂ ਦਾ ਪੂਰਾ ਕਾਰਨਾਮਾ ਕੋਲ ਖੜ੍ਹੇ ਸ਼ਖਸ ਦੇ ਵੱਲੋਂ ਆਪਣੇ ਫੋਨ ਦੇ ਵਿੱਚ ਕੈਦ ਕੀਤਾ ਗਿਆ। ਮਾਮਲਾ ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ਦੇ ਕੋਲ ਦਾ ਹੈ, ਜਿੱਥੇ ਨੰਗੇ ਧੜ ਹੋਲੀ ਖੇਡਦੇ ਖੇਡਦੇ ਇਹ ਨੌਜਵਾਨ ਆਪਸ ਦੇ ਵਿੱਚ ਭਿੜੇ ਨੇ। ਪਹਿਲਾਂ ਇਕੱਠਿਆਂ ਨੇ ਮਨਾਈ ਹੋਲੀ, ਫਿਰ ਇੱਕ ਦੂਜੇ ਦੇ ਲਗਾਇਆ ਰੰਗ, ਫਿਰ ਅਚਾਨਕ ਦੋਹਾਂ ਦੀ ਬਹਿਸ ਹੋਈ, ਜਿਸ ਤੋਂ ਬਾਅਦ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਗਈਆਂ। ਨੰਗੇ ਧੜ ਹੀ ਇਹਨਾਂ ਨੌਜਵਾਨਾਂ ਦੇ ਜੱਫੇ ਲੱਗ ਗਏ। ਦੱਸ ਦਈਏ ਕਿ ਇੱਕ ਦੂਜੇ 'ਤੇ ਇਹਨਾਂ ਦੇ ਵੱਲੋਂ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ। ਤਸਵੀਰਾਂ ਫਗਵਾੜਾ ਦੀ ਸ਼ੂਗਰ ਮਿੱਲ ਚੌਂਕ ਦੇ ਕੋਲ ਦੀਆਂ ਨੇ, ਜਿੱਥੇ ਹੋਲੀ ਖੇਡਦੇ ਖੇਡਦੇ ਇਹ ਨੌਜਵਾਨ ਆਪਸ ਦੇ ਵਿੱਚ ਲੜ ਪਏ, ਹੁੱਲੜਬਾਜ਼ੀ ਕਰਦੇ ਸੀ ਔਰ ਇੱਕ ਦੂਜੇ ਦੇ ਨਾਲ ਬਹਿਸ ਹੋਈ, ਗਾਲੀ ਗਲੋਚ ਕੀਤਾ ਗਿਆ, ਜਿਸ ਤੋਂ ਬਾਅਦ ਇਹਨਾਂ ਨੇ ਨੰਗੇ ਧੜ ਹੀ ਇੱਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਹੋਰ ਨੌਜਵਾਨਾਂ ਦੇ ਵੱਲੋਂ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹਨਾਂ ਦੇ ਵੱਲੋਂ ਇੱਕ ਦੂਜੇ 'ਤੇ ਇੱਟਾਂ ਰੋੜੇ ਵਰਸਾਏ ਗਏ, ਗਾਲਾਂ ਕੱਢੀਆਂ ਗਈਆਂ। ਜਿਸ ਦੇ ਹੱਥ ਵਿੱਚ ਜੋ ਵੀ ਆਇਆ ਉਹੀ ਉਸਨੇ ਦੂਜੇ ਦੇ ਵੱਲ ਵਗਾ ਕੇ ਮਾਰਿਆ ਔਰ ਇਹਨਾਂ ਦਾ ਪੂਰਾ ਕਾਰਨਾਮਾ ਕੋਲ ਖੜ੍ਹੇ ਸ਼ਖਸ ਦੇ ਵੱਲੋਂ ਆਪਣੇ ਫੋਨ ਦੇ ਵਿੱਚ ਕੈਦ ਕੀਤਾ ਗਿਆ। ਮਾਮਲਾ ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ਦੇ ਕੋਲ ਦਾ ਹੈ, ਜਿੱਥੇ ਨੰਗੇ ਧੜ ਹੋਲੀ ਖੇਡਦੇ ਖੇਡਦੇ ਇਹ ਨੌਜਵਾਨ ਆਪਸ ਦੇ ਵਿੱਚ ਭਿੜੇ ਨੇ। ਪਹਿਲਾਂ ਇਕੱਠਿਆਂ ਨੇ ਮਨਾਈ ਹੋਲੀ, ਫਿਰ ਇੱਕ ਦੂਜੇ ਦੇ ਲਗਾਇਆ ਰੰਗ, ਫਿਰ ਅਚਾਨਕ ਦੋਹਾਂ ਦੀ ਬਹਿਸ ਹੋਈ, ਜਿਸ ਤੋਂ ਬਾਅਦ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਗਈਆਂ। ਨੰਗੇ ਧੜ ਹੀ ਇਹਨਾਂ ਨੌਜਵਾਨਾਂ ਦੇ ਜੱਫੇ ਲੱਗ ਗਏ। ਦੱਸ ਦਈਏ ਕਿ ਇੱਕ ਦੂਜੇ 'ਤੇ ਇਹਨਾਂ ਦੇ ਵੱਲੋਂ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ। ਤਸਵੀਰਾਂ ਫਗਵਾੜਾ ਦੀ ਸ਼ੂਗਰ ਮਿੱਲ ਚੌਂਕ ਦੇ ਕੋਲ ਦੀਆਂ ਨੇ, ਜਿੱਥੇ ਹੋਲੀ ਖੇਡਦੇ ਖੇਡਦੇ ਇਹ ਨੌਜਵਾਨ ਆਪਸ ਦੇ ਵਿੱਚ ਲੜ ਪਏ, ਹੁੱਲੜਬਾਜ਼ੀ ਕਰਦੇ ਸੀ ਔਰ ਇੱਕ ਦੂਜੇ ਦੇ ਨਾਲ ਬਹਿਸ ਹੋਈ, ਗਾਲੀ ਗਲੋਚ ਕੀਤਾ ਗਿਆ, ਜਿਸ ਤੋਂ ਬਾਅਦ ਇਹਨਾਂ ਨੇ ਨੰਗੇ ਧੜ ਹੀ ਇੱਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਹੋਰ ਨੌਜਵਾਨਾਂ ਦੇ ਵੱਲੋਂ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹਨਾਂ ਦੇ ਵੱਲੋਂ ਇੱਕ ਦੂਜੇ 'ਤੇ ਇੱਟਾਂ ਰੋੜੇ ਵਰਸਾਏ ਗਏ, ਗਾਲਾਂ ਕੱਢੀਆਂ ਗਈਆਂ। ਜਿਸ ਦੇ ਹੱਥ ਵਿੱਚ ਜੋ ਵੀ ਆਇਆ ਉਹੀ ਉਸਨੇ ਦੂਜੇ ਦੇ ਵੱਲ ਵਗਾ ਕੇ ਮਾਰਿਆ ਔਰ ਇਹਨਾਂ ਦਾ ਪੂਰਾ ਕਾਰਨਾਮਾ ਕੋਲ ਖੜ੍ਹੇ ਸ਼ਖਸ ਦੇ ਵੱਲੋਂ ਆਪਣੇ ਫੋਨ ਦੇ ਵਿੱਚ ਕੈਦ ਕੀਤਾ ਗਿਆ। ਮਾਮਲਾ ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ਦੇ ਕੋਲ ਦਾ ਹੈ, ਜਿੱਥੇ ਨੰਗੇ ਧੜ ਹੋਲੀ ਖੇਡਦੇ ਖੇਡਦੇ ਇਹ ਨੌਜਵਾਨ ਆਪਸ ਦੇ ਵਿੱਚ ਭਿੜੇ ਨੇ।